ਕੱਲ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਰੂਹਾਨੀ ਜੀਵਨ ਨੂੰ ਕਮਾਣ ਵਾਸਤੇ ਕੁਛ ਪੁਰਾਣਿਕ ਭਗਤਾਂ ਦਾ ਜੀਵਨ ਵੀ ਬਿਆਨ ਕੀਤਾ ਗਿਆ ਹੈ। ਉਹਨਾਂ ਵਿੱਚ ਕੁਛ ਰਾਜਕੁਮਾਰ ਨੇ ਕੁਛ ਵਕਤ ਦੇ ਗੇੜੇ ਨਾਲ ਜ਼ਿੰਦਗੀ ਦੇ ਪੈੜ ਤੋਂ ਜ਼ਿੰਦਗੀ ਦੇ ਰਾਹ ਤੋਂ ਥਿੜਕ ਗਏ ਤੇ ਵਾਸ਼ਨਾ ਵਿੱਚ ਡਿੱਗ ਪਏ ਤੇ ਉਹਨਾਂ ਡਿੱਗਿਆ ਹੋਇਆਂ ਨੂੰ ਵੀ ਪਰਮਾਤਮਾ ਦੇ ਨਾਮ ਨੇ ਚੁੱਕਿਆ, ਉਹ ਭਗਤ ਬਣੇ, ਉਹਨਾਂ ਦਾ ਜ਼ਿਕਰ ਹੈ। ਜਿਵੇਂ ਧਰੂ ਤੇ ਪ੍ਰਹਿਲਾਦ ਰਾਜੇ ਦੇ ਪੁੱਤਰ ਨੇ, ਰਾਜਿਆਂ ਦੇ ਪੁੱਤਰ ਨੇ, ਪਰ ਗਨਕਾ, ਅਜਾਮਲ, ਕੁਬਜਾ ਜੋ ਇਹ ਪੁਰਾਣਕ ਨੇ, ਇਹਨਾਂ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਰਾਹ ਸੀ ਉੱਥੋਂ ਥਿੜਕ ਗਏ ਤੇ ਜਦੋਂ ਕੁਰਾਏ ਪਏ ਤੇ ਕੁਰਾਏ ਪਿਆਂ ਹੋਇਆਂ ਦੇ ਜਦੋਂ ਰਸਤੇ ਬੰਦ ਹੁੰਦੇ ਦਿਸੇ ਫਿਰ ਵਾਪਸ ਉਹ ਮਾਲਕ ਦੇ ਚਰਨਾਂ ਵਾਲੇ ਪਾਸੇ ਆਏ। ਪਰ ਜਿਹੜਾ ਇੱਥੇ ਭਗਤਾਂ ਦਾ ਜ਼ਿਕਰ ਚੱਲ ਰਿਹਾ, ਕਬੀਰ ਸਾਹਿਬ ਜੀ, ਨਾਮਦੇਵ ਜੀ ਮਹਾਰਾਜ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਸੈਨ ਜੀ, ਇਹ ਪੁਰਾਣਿਕ ਭਗਤ ਨਹੀਂ, ਇਹ ਅਸਲ ਵਿੱਚ ਉਸ ਵਕਤ ਦੇ ਉਹ ਪਹੁੰਚੇ ਹੋਏ ਮਹਾਂਪੁਰਖ ਨੇ ਕਿ ਜਿਨ੍ਹਾਂ ਨੇ ਮਾਨਵਤਾ ਨੂੰ ਨਾਮ ਦਾ ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਬਾਣੀ ਵੀ ਉਚਾਰਨ ਕੀਤੀ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਗੁਰੂ ਅਰਜਨ ਸਾਹਿਬ ਉਹ ਭਗਤ ਜਿਨ੍ਹਾਂ ਨੂੰ ਧੰਨਾ ਜੀ ਨੇ ਸੁਣ ਕੇ ਇਬਾਦਤ ਵਾਲੇ ਪਾਸੇ ਤੁਰੇ। ਭਗਤ ਸੈਣ ਜੀ ਦਾ ਜੀਵਨ ਚਰਿੱਤਰ ਬਹੁਤ ਸਾਨੂੰ ਘੱਟ ਮਿਲਦਾ ਹੈ, ਜਿੰਨਾ ਕੁ ਆਪਾਂ ਪੜਚੋਲਣ ਦਾ ਯਤਨ ਕਰਾਂਗੇ ਉਹਦੇ ਵਿੱਚ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਨੂੰ ਆਧਾਰ ਬਣਾਉਣਾ ਅਤ ਲਾਜ਼ਮੀ ਹੋ ਜਾਏਗਾ ਤੇ ਉਸ ਪੌੜੀ ਵਿੱਚ ਕੁਛ ਐਸੇ ਨੁਕਤੇ ਨੇ ਕਿ ਜਿਨ੍ਹਾਂ ਦੀ ਵਿਆਖਿਆ ਕਰਨੀ ਅਤ ਲਾਜ਼ਮੀ ਹੈ। ਪਹਿਲੀ ਗੱਲ, ਭਾਈ ਸਾਹਿਬ ਨੇ ਕਿਹਾ ਕਿ ਭਗਤ ਸੈਨ ਜੀ ਦੀ ਜ਼ਿੰਦਗੀ ਵਿੱਚ ਪਲਟਾ ਵੀ ਕਬੀਰ ਸਾਹਿਬ ਦੇ ਜੀਵਨ ਨੂੰ ਦੇਖ ਕੇ ਆਇਆ। ਭਾਈ ਸਾਹਿਬ ਦੇ ਮੁਤਾਬਕ ਜਦੋਂ ਕਬੀਰ ਜੈਸੇ ਮਹਾਂਪੁਰਖ ਇੱਕ ਕਿਰਤ ਕਰਨ ਵਾਲੇ ਪਿੱਛੇ ਸੀ, ਵਿਚਾਰਿਆ ਸੀ, ਉਹਨਾਂ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗੀ ਤੇ ਉਸ ਵਕਤ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਹਨੂੰ ਲੋਕ ਜੁਲਾਹਾ ਕਹਿੰਦੇ ਨੇ, ਵਕਤ ਦੇ ਲੋਕ ਉੱਚ ਜਾਤੀਏ ਸ਼ੂਦਰ ਕਹਿੰਦੇ ਨੇ, ਜੇ ਇਹ ਉਸ ਗੜ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਕੇ ਬੇਬਾਕ, ਨਿਡਰ, ਬੇਮੁਥਾਜ ਹੋ ਸਕਦਾ ਤੇ ਮਨਾ ਤੂੰ ਕਿਉਂ ਨਹੀਂ ਪਰਮਾਤਮਾ ਦੀ ਭਗਤੀ ਕਰਦਾ। ਉੱਥੇ ਉਹ ਸ਼ਬਦ ਹੈ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਈ। ਦੇਖੋ ਇਹ ਸ਼ਬਦ ਮੈਂ ਬੜੇ ਖੁੱਲੇ ਜਿਹੇ ਵਰਤਨੇ ਨੇ ਅੱਜ, ਕਿਉਂਕਿ ਇਹਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ, ਕਿਉਂਕਿ ਸਮਝਾਇਆ ਕਿਹਨੂੰ ਜਾ ਰਿਹਾ ਹੈ, ਉਹ ਮੈਂ ਪਹਿਲੇ ਦਿਨ ਵੀ ਅਰਜ਼ ਕੀਤੀ ਸੀ। ਹਜ਼ੂਰ ਨੇ ਇੱਥੇ ਭਾਈ ਸਾਹਿਬ ਨੇ ਕਿਹਾ ਸੁਣ ਪ੍ਰਤਾਪ ਕਬੀਰ ਦਾ, ਕਿ ਕਬੀਰ ਸਾਹਿਬ ਦਾ ਪ੍ਰਤਾਪ, ਉਹਨਾਂ ਦੀ ਉਪਮਾ, ਉਹਨਾਂ ਦੀ ਵਡਿਆਈ ਸੁਣ ਕੇ। ਤੇ ਇੱਥੇ ਪ੍ਰਤਾਪ ਦਾ ਅਰਥ ਉਹਨਾਂ ਦੀ ਬਾਹਰਮੁਖੀ ਪ੍ਰਭਤਾ ਨਹੀਂ, ਬੇਨਤੀ ਸਮਝਿਓ। ਮੰਨ ਲਓ ਕਿਸੇ ਨੇ ਅਸਥਾਨ ਬਣਾਇਆ, ਉਹਦੇ ਸ਼ਰਧਾਲੂ ਬਹੁਤ ਬਣ ਗਏ, ਉਹਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਗਏ, ਤੇ ਬੰਦਾ ਉਹਦੀ ਬਾਹਰਮੁਖੀ ਪ੍ਰਭਤਾ ਨੂੰ, ਬਾਹਰ ਦੇ ਅਡੰਬਰ ਨੂੰ ਦੇਖ ਕੇ ਕਹਿ ਕਿ ਜੇ ਇਹਦੇ ਕੋਲ ਇੰਨਾ ਆ ਗਿਆ ਆਪਾਂ ਵੀ ਇਹ ਕੰਮ ਕਰ ਲਈਏ, ਉਹ ਬਾਹਰਮੁਖੀ ਇੱਕ ਪਖੰਡ ਬਣ ਕੇ ਰਹਿ ਜਾਂਦਾ ਹੈ। ਇੱਥੇ ਪ੍ਰਤਾਪ ਦਾ ਅਰਥ ਕਬੀਰ ਸਾਹਿਬ ਦੇ ਰੂਹਾਨੀ ਜੀਵਨ ਦੀ ਖੇਡ ਨੂੰ ਦੇਖ ਕੇ। ਸੁਣ ਪ੍ਰਤਾਪ ਕਬੀਰ ਦਾ, ਉਹ ਪ੍ਰਤਾਪ ਬੰਦਗੀ ਦਾ ਹੈ। ਦੂਜਾ ਸਿੱਖ ਹੋਵਾ ਸਹਿਣ ਨਾਹੀ, ਤੇ ਸੱਚਮੁੱਚ ਪਿਛਲੇ ਦਿਨੀ ਕਿਹਾ ਕਿ ਕਰਨੀ ਵਾਲੇ ਦੇ ਜੀਵਨ ਨੂੰ ਸੁਣ ਕੇ ਜੀਵਨ ਪਲਟ ਜਾਂਦਾ ਹੈ। ਕਰਨੀ ਵਾਲੇ ਦੇ ਜੀਵਨ ਦੀ ਸੋਭਤ ਕਰਕੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਮਹਾਂਪੁਰਖਾਂ ਨੇ ਤਾਂ ਬਾਣੀ ਵਿੱਚ ਇਹ ਬਚਨ ਵੀ ਕਹਿ, ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਅਸੀਂ ਲੈ ਲਈਏ, ਉਹ ਕਹਿੰਦੇ ਨੇ ਜੇ ਤਤ ਧਾਤ ਤੇ ਰੁੱਖ ਚੰਗੇ ਸੰਗਤ ਕਰਕੇ ਤਬਦੀਲ ਹੋ ਜਾਂਦੇ ਨੇ
ਤੇ ਇਨਸਾਨ ਕਿਉਂ ਨਹੀਂ ਤਬਦੀਲ ਹੋਵੇਗਾ? ਪਾਣੀ ਇੱਕ ਤੱਤ ਹੈ, ਪੰਜਾਂ ਤੱਤਾਂ ਵਿੱਚੋਂ। ਜੇ ਗੰਦਾ ਮੈਲਾ ਪਾਣੀ ਨਿਰਮਲ ਪਾਣੀ ਦੀ ਸੋਭਤ ਕਰਕੇ ਉਹਦੀ ਮੈਲ ਖਤਮ ਹੋ ਜਾਂਦੀ ਇੱਕ ਤੱਤ ਦੀ, ਤੇ ਅੰਦਰ ਵਾਲਾ ਬੰਦਾ ਜਿਸ ਦਾ ਆਪਾਂ ਮੈਲਾ ਹੈ ਉਹ ਨਿਰਮਲ ਦੀ ਸੰਗਤ ਕਰੇਗਾ, ਉਹ ਕਿਉਂ ਨਹੀਂ ਪਵਿੱਤਰ ਹੋਵੇਗਾ? ਉਹਨਾਂ ਨੇ ਆਪਣੇ ਤੇ ਪਵਿੱਤਰ ਬਚਨ ਟੁਕਾਇਆ। ਪਾਣੀ ਇੱਕ ਤੱਤ ਹੈ, ਮੈਲੇ ਪਾਣੀ ਨੂੰ ਨਿਰਮਲ ਪਾਣੀ ਸ਼ੁੱਧ ਨਿਰਮਲ ਕਰ ਦਿੰਦਾ। ਦੂਸਰੀ ਗੱਲ, ਤਾਂਬਾ ਪਿੱਤਲ ਲੋਹਾ ਇੱਕ ਧਾਤ ਹੈ ਤੇ ਪਾਰਸ ਇੱਕ ਧਾਤ ਉਹਨਾਂ ਨਾਲ ਛੂ ਜਾਏ ਉਹ ਪਿੱਤਲ ਤਾਂਬੇ ਨੂੰ ਤਬਦੀਲ ਕਰ ਸਕਦੀ ਏ। ਤੇ ਤੀਸਰੀ ਗੱਲ, ਜੇ ਇੱਕ ਅਰਿੰਡ ਦਾ ਬ੍ਰਿਕਸ਼, ਇੱਕ ਕੰਡਿਆਂ ਵਾਲੀ ਝਾੜੀ, ਇੱਕ ਕਿੱਕਰ ਦਾ ਰੁੱਖ ਜੇ ਕਿਤੇ ਚੰਦਨ ਦੀ ਸੁਗੰਧੀ ਮਿਲ ਜਾਏ ਤੇ ਉਹ ਪਲਟ ਸਕਦਾ, ਬਨਸਪਤੀ ਪਲਟ ਸਕਦੀ ਏ, ਤੱਤ ਪੱਤਰ ਪਲਟ ਸਕਦੇ ਨੇ, ਧਾਤ ਪਲਟ ਸਕਦੀ ਏ। ਤੇ ਜਿਹੜਾ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀ ਸੋਭਤ ਕਰੇਗਾ ਉਸ ਬੰਦੇ ਦਾ ਜੀਵਨ ਕਿਉਂ ਨਹੀਂ ਪਲਟੇਗਾ? ਕਬੀਰ ਸਾਹਿਬ ਦਾ ਉਹ ਸ਼ਬਦ ਹੈ ਕਿ ਗੰਗਾ ਕਹਿ ਸੰਗ ਸਲਤਾ ਬਿਗਰੀ। ਆਹ ਸੁਣ ਕੇ, ਸੁਣ ਪ੍ਰਤਾਪ ਕਬੀਰ ਦਾ, ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਬਿਗਰਿਓ ਕਬੀਰਾ ਰਾਮ ਦੁਖਾਈ। ਇੱਥੇ ਬਿਗਰੇ ਦਾ ਅਰਥ ਆਪਣਾ ਪੰਜਾਬੀ ਵਾਲਾ ਨਾ ਕਰਿਓ। ਆਪਾਂ ਕਹਿੰਦੇ ਫਲਾਣੇ ਦਾ ਮੁੰਡਾ ਵਿਗੜ ਗਿਆ, ਫਲਾਣਾ ਬੰਦਾ ਵਿਗੜ ਗਿਆ, ਇੱਥੇ ਬਿਗਰਿਓ ਦਾ ਅਰਥ ਕਰਾਂਗੇ ਤਬਦੀਲੀ, ਚੇਂਜ ਆਉਣੀ। ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਬਿਗਰਿਓ ਕਬੀਰਾ ਰਾਮ ਦੁਖਾਈ, ਸਾਜ ਭਇਓ ਅਨ ਕਤੈ ਨਾ ਜਾਈ ਰਹਾਉ। ਪਾਰਸ ਕਹਿ ਸੰਗ ਤਾਂਬਾ ਵਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ, ਕਹਿਣ ਲੱਗੇ ਚੰਦਨ ਕਹਿ ਸੰਗ ਤਰਵਰ ਵਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਉਹ ਕਬੀਰ ਰਾਮ ਕਾ ਰੂਪ ਹੋ ਗਿਆ, ਉਹ ਖੁਦ ਆਪਣੀ ਰਚਨਾ, ਆਪਣੀ ਰਚਨਾ ਤੋਂ ਆਪਣੀ ਰਚਨਾ ਵਿੱਚ ਕਹਿ ਰਹੇ ਨੇ। ਕਹਿੰਦੇ ਨੇ ਕਬੀਰ ਸਾਹਿਬ ਦੇ ਪ੍ਰਤਾਪ ਨੂੰ ਸੁਣ ਕੇ ਜਿਹੜਾ ਦੂਜਾ ਸਿੱਖ ਹੋਇਆ, ਇਹਦਾ ਮਤਲਬ ਰਾਮਾਨੰਦ ਜੀ ਦਾ ਦੂਜਾ ਸਿੱਖ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਹੀ। ਇਹ ਸੈਣ ਜੀ, ਇਹ ਅਸਲ ਵਿੱਚ ਬਾਂਧਵਗੜ੍ਹ ਰਿਆਸਤ ਦੇ ਰਾਜਾ ਰਾਮ ਰਾਜ ਦੇ, ਰਾਜਾ ਰਾਮ ਦੇ ਇਹ ਰਾਜ ਦਰਬਾਰ ਵਿੱਚ ਨਾਹੀ ਪੁਣੇ ਦਾ ਕੰਮ ਕਰਦੇ ਸਨ। ਮੈਨੂੰ ਖਿਮਾ ਕਰਿਓ ਜਿਹੜੇ ਸ਼ਬਦ ਮੈਂ ਵਰਤਣ ਲੱਗਾ, ਕਿਉਂਕਿ ਵਰਨ ਵੰਡ ਮੁਤਾਬਕ ਇਹਨਾਂ ਦਾ ਇੱਕ ਕਿੱਤਾ ਸੀ, ਉਹ ਹੁੰਦਾ ਸੀ ਤੇ ਅਜੇ ਵੀ ਪੰਜਾਬ ਦੇ ਪਿੰਡਾਂ 'ਚ ਦੇਖਣ ਨੂੰ ਮਿਲਦਾ ਹੈ ਕਿ ਅਮੀਰਾਂ ਦੇ, ਧਨਾੜ ਪੁਰਸ਼ਾਂ ਦੇ, ਰਾਜਿਆਂ ਦੇ ਨਹੁੰ ਉਤਾਰਨੇ, ਨਾਖੁਣ ਉਤਾਰਦੇ ਸਨ, ਕਈ ਮੁੱਠੀ ਚਾਪੀ ਵੀ ਕਰਦੇ ਸਨ ਅਮੀਰਾਂ ਦੀ, ਤੇ ਸੈਣ ਜੀ ਇਹੀ ਕਰਦੇ ਸਨ। ਉਹਨਾਂ ਦੀ ਮਾਲਿਸ਼ ਵੀ ਕਰਨੀ, ਉਹਨਾਂ ਨੂੰ ਇਸ਼ਨਾਨ ਵੀ ਕਰਾਉਣਾ ਮਾਲਿਸ਼ ਕਰਕੇ, ਤੇ ਉਸ ਤੋਂ ਬਾਅਦ ਉਹਨਾਂ ਦੇ ਤਨ ਤੇ ਕੱਪੜੇ ਪਹਿਨਾਣੇ, ਤੇ ਜਦੋਂ ਉਹ ਪਗੜੀ ਬੰਨਦੇ ਹੁੰਦੇ ਸਨ ਤੇ ਇਹ ਵੀਰ ਹੱਥ ਵਿੱਚ ਸ਼ੀਸ਼ਾ ਪਕੜ ਕੇ ਉਹਨਾਂ ਦੇ ਸਾਹਮਣੇ ਖਲੋ ਕੇ ਉਹਨਾਂ ਨੂੰ ਪੱਗ ਬਣਾਉਂਦੇ ਹੁੰਦੇ ਸਨ। ਇਹ ਉਹਨਾਂ ਦੀ ਕਿਰਤ ਸੀ, ਉਹਨਾਂ ਦਾ ਕੰਮ ਸੀ। ਫਿਰ ਅਮੀਰਾਂ ਰਾਜਿਆਂ ਦੇ ਦਰਬਾਰ ਵਿੱਚ ਇਹ ਲੋਕ ਉੱਚੀਆਂ ਉੱਚੀਆਂ ਰਾਜਿਆਂ ਰਾਣਿਆਂ ਦੀਆਂ ਕਹਾਣੀਆਂ ਸੁਣਾਉਂਦੇ ਸਨ, ਤੇ ਸ਼ਾਇਦ ਇਹੀ ਕਾਰਨ ਕਿ ਰਾਜਿਆਂ ਦੇ ਦਰਬਾਰ ਵਿੱਚ ਕਿਰਤ ਕਰਨ ਕਰਕੇ ਅੱਜ ਵੀ ਪੰਜਾਬ ਦੀ ਧਰਤੀ ਤੇ ਇਹਨਾਂ ਲਈ ਸ਼ਬਦ ਇੱਕ ਰਾਜੇ ਵਰਤਿਆ ਜਾਂਦਾ। ਆਪਾਂ ਰਾਜਾ ਸ਼ਬਦ ਅਕਸਰ ਵਰਤਨੇ, ਆਉਣਾ ਅਸੀਂ ਭਗਤ ਜੀ ਦੇ ਆਤਮਿਕ ਜੀਵਨ ਵੱਲ ਹੈ। ਹੁਣ ਇਹ ਰਾਜੇ ਦੀ ਰੋਜ਼ ਮਾਲਿਸ਼ ਕਰਦੇ ਨੇ, ਉਹਨੂੰ ਇਸ਼ਨਾਨ ਕਰਾਉਂਦੇ ਨੇ, ਉਹਨੂੰ ਬਸਤਰ ਪਹਿਨਾਉਂਦੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਜਦੋਂ ਦੇਖਿਆ ਵੀ ਇਹ ਸੱਜਣ ਕਬੀਰ ਜੈਸੇ ਮਹਾਂਪੁਰਖ ਇਬਾਦਤ ਕਰਕੇ ਇੰਨੇ ਉੱਚੇ ਪਹੁੰਚ ਗਏ, ਤੇ ਸੈਨ ਜੀ ਦੇ ਮਨ ਚ ਆਇਆ ਆਪਾਂ ਭਗਤੀ ਕਰੀਏ, ਸਿਮਰਨ ਕਰੀਏ। ਇਹਨਾਂ ਨੇ ਰਾਮਾਨੰਦ ਜੀ ਤੋਂ, ਉਹਨਾਂ ਦੀ ਸੋਭਤ ਵਿੱਚੋਂ ਨਾਮ ਜਪਣਾ ਸ਼ੁਰੂ ਕੀਤਾ। ਜੇ ਗੁਰੂ ਦੇਖਿਆ ਵੀ ਸ਼ਬਦ ਵਰਤ ਲਈਏ ਤੇ ਅਤ ਕਥਨੀ ਨਹੀਂ, ਕਿਉਂਕਿ ਸਾਨੂੰ ਇਸ ਸ਼ਬਦਾਂ ਤੋਂ ਗੁਰੇਜ਼ ਨਹੀਂ ਹੋਣਾ ਚਾਹੀਦਾ, ਗੁਰਮਤ ਨੂੰ ਕੋਈ ਖਤਰਾ ਨਹੀਂ ਇਸ ਨਾਲ, ਕਿਉਂਕਿ ਜੋ ਕੁਝ ਬਾਣੀ 'ਚ ਲਿਖਿਆ ਅਸੀਂ ਆਪਣੇ ਢੰਗ ਨਾਲ ਉਹਨੂੰ ਚੇਂਜ ਨਾ ਕਰੀਏ। ਮੈਂ ਬਾਣੀ 'ਚੋਂ ਇੱਕ ਸ਼ਬਦ ਅਰਜ਼ ਕਰਨਾ ਹੈ ਇਹਨਾਂ ਦੇ ਸੰਬੰਧ ਵਿੱਚ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਹੀ। ਹੁਣ ਇਹਦੇ ਕੋਲ ਇੰਨਾ ਧਨ ਤਾਂ ਹੈ ਨਹੀਂ, ਨਾ ਇਹਨਾਂ ਦੀ ਖੇਤੀ ਏ, ਨਾ ਇਹਨਾਂ ਦੇ ਕੋਲ ਮਾਲ ਡੰਗਰ ਏ, ਨਾ ਇਹਨਾਂ ਦਾ ਵਪਾਰ ਹੈ। ਕੰਮ ਇਹਨਾਂ ਦਾ ਕੀ ਏ? ਸਵੇਰੇ ਸੂਰਜ ਚੜ੍ਹੇ ਜਾਣਾ,
ਤੇ ਸ਼ਾਮ ਤੱਕ ਰਾਜੇ ਦੇ ਦਰਬਾਰ ਵਿੱਚ ਸੇਵਾ ਕਰਨੀ ਹੈ। ਸਾਰਾ ਦਿਨ ਹੱਡ ਭਨਵੀ ਰਾਜੇ ਦੀ ਸੇਵਾ ਕਰੀ ਜਾਣਾ, ਮੁੱਠੀ ਚਾਪੀ ਦੀ ਲੋੜ ਪੈ ਜਾਏ, ਸਵੇਰੇ ਮਾਲਿਸ਼ ਪਹਿਲਾਂ ਕਰਾਣੀ ਹੈ, ਸੂਰਜ ਨਿਕਲਣ ਤੋਂ ਪਹਿਲਾਂ ਇਸ਼ਨਾਨ ਪਾਣੀ ਗਰਮ ਕਰਕੇ ਕਰਾਣਾ, ਉਹਨਾਂ ਨੂੰ ਵਸਤਰ ਪਹਿਨਾਣੇ ਨੇ, ਸਾਰਾ ਦਿਨ ਉਹਨਾਂ ਦੇ ਅੱਗੇ ਪਿੱਛੇ। ਭਾਈ ਸਾਹਿਬ ਕਹਿੰਦੇ ਨੇ ਸਾਰਾ ਦਿਨ ਤਾਂ ਇਹ ਕਰਦੇ ਨੇ ਕਿਰਤ ਤੇ ਸਾਰੀ ਰਾਤ ਜਾਗ ਕੇ ਕਰਦੇ ਨੇ ਭਗਤੀ। ਬਸ ਆਹ ਇੱਕ ਨੁਕਤਾ ਹੈ ਜਿਹੜਾ ਸਾਂਝਾ ਕਰਨਾ, ਕਿਉਂਕਿ ਜ਼ਰੂਰੀ ਸੀ। ਮੇਰੇ ਮਨ ਚ ਆਇਆ ਬਾਕੀ ਭਗਤਾਂ ਲਈ ਅਸੀਂ ਇੱਕ ਇੱਕ ਦੋ ਦੋ ਦਿਨ ਕੱਢੇ ਹੈ ਤੇ ਇਹਨਾਂ ਦੀ 15-20 ਮਿੰਟ ਚ ਗੱਲ ਮੁਕਾ ਦੇਣੀ, ਮੇਰੀ ਆਤਮਾ ਨੇ ਮੰਨਿਆ ਨਹੀਂ, ਇਹ ਇਨਸਾਫ ਨਹੀਂ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਭਲਕੇ ਦਾ ਅਰਥ ਕਰਾਂਗੇ ਦੂਜਾ ਦਿਨ ਸਵੇਰੇ ਸਵਖਤ ਉੱਠ ਕੇ ਜਾਂਦੇ ਨੇ, ਪਰ ਪ੍ਰੇਮ ਭਗਤ ਰਾਤੀ ਕਰੇ, ਸਾਰੀ ਰਾਤ ਭਗਤ ਸੈਣ ਜੀ ਪ੍ਰੇਮਾ ਭਗਤੀ ਕਰਦੇ, ਸਿਮਰਨ ਕਰਦੇ ਨੇ। ਇੱਥੇ ਥੋੜਾ ਜਿਹਾ ਰੁਕਣਾ ਚਾਹਾਂਗਾ। ਦੇਖੋ ਅਸੀਂ ਨੇਮ ਆਪਣੇ ਨਿਭਾਉਂਦੇ ਹਾਂ, ਸਾਡੇ ਪੰਥਕ ਨੇਮ ਇੱਕ ਜੈਸੇ ਨੇ, ਨਿਤਨੇਮ ਦਾ ਪਾਠ ਕਰਨੇ ਆ, ਸਤ ਸੰਗਤ ਕਰਨੇ ਆ, ਕੀਰਤਨ ਦਾ ਵਕਤ ਕਥਾ ਦਾ ਵਕਤ ਅਸੀਂ ਨਿਰਧਾਰਿਤ ਕਰਨੇ ਆ ਆਪਣੀ ਕਿਰਤ ਨੂੰ ਦੇਖ ਕੇ, ਕਿਉਂਕਿ ਹਰ ਬੰਦੇ ਉੱਤੇ ਆਪਣਾ ਨਿੱਜੀ ਜੀਵਨ ਨਹੀਂ ਥੋਪਿਆ ਜਾ ਸਕਦਾ। ਇਸ ਨੁਕਤੇ ਨੂੰ ਸਮਝਿਓ। ਦੇਖੋ ਪੰਥਕ ਜੀਵਨ ਹੈ ਪ੍ਰਕਾਸ਼ ਕਰਨਾ, ਗੁਰਦੁਆਰੇ ਆਉਣਾ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਪਰ ਜਿਹੜਾ ਆਪਣਾ ਨਿੱਜੀ ਜੀਵਨ ਹੈ ਨਾ, ਪਰਸਨਲ ਜੀਵਨ ਹੈ, ਜੇ ਪਰਮਾਰਥ ਕੋਈ ਕਮਾਨ ਤੁਰਿਆ, ਇੱਕ ਬੰਦਾ ਅੱਧਾ ਘੰਟਾ ਬੜੀ ਮੁਸ਼ਕਲ ਨਾਲ ਬਾਣੀ ਕੱਢਦਾ ਪੜ੍ਹਦਾ, ਤੇ ਇੱਕ ਦਾ ਜੀਵਨ ਇੰਨਾ ਉੱਚਾ ਹੋ ਗਿਆ ਉਹ ਅੱਧਾ ਘੰਟਾ ਕਿਤੇ ਲੇਟ ਜਾਏ ਤੇ ਬਾਕੀ ਸਮਾਂ ਉਹ ਕੇਵਲ ਬੰਦਗੀ ਕਰੀ ਜਾਂਦਾ, ਉਹ ਪ੍ਰੇਮਾ ਭਗਤੀ ਕਰ ਰਿਹਾ, ਸਾਰੀ ਸਾਰੀ ਰਾਤ ਜਾਗਦੇ ਨੇ। ਤੇ ਹੁਣ ਜੇ ਕਹੀਏ ਵੀ ਇਹ ਕਿਵੇਂ ਹੋ ਸਕਦਾ, ਦੇਖੋ ਪਰਮਾਰਥ ਜਿਹੜਾ ਕਮਾ ਰਿਹਾ ਉਹਨੂੰ ਪਤਾ ਹੈ ਕਿ ਸਾਰੀ ਸਾਰੀ ਰਾਤ ਮੈਂ ਇੱਥੋਂ ਤੱਕ ਬੇਨਤੀ ਕਰਾਂ ਗੁਰੂ ਸਾਹਿਬ ਤੋਂ ਭੈ ਖਾ ਕੇ ਕਿ 24 ਘੰਟਿਆਂ ਵਿੱਚੋਂ 18 ਘੰਟੇ ਵੀ ਨਿਰੰਤਰ ਚੌਂਕੜਾ ਮਾਰ ਕੇ ਪਰਮਾਤਮਾ ਨੂੰ ਜਪਿਆ ਜਾ ਸਕਦਾ। ਮੈਂ ਆਮ ਸ਼ਬਦ ਵਰਤੇ। ਹੁਣ ਪ੍ਰੇਮ ਭਗਤ ਰਾਤੀ ਕਰੇ, ਰਾਤੀ ਉਹ ਭਗਤੀ ਕਰਦੇ ਨੇ, ਵਿਖਾਵਾ ਨਹੀਂ, ਉਹ ਸਿਮਰਨ ਕਰਦੇ ਨੇ। ਚੇਤੇ ਰੱਖੋ ਜੋਗੀ ਵੀ ਰਾਤ ਜਾਗਦਾ ਤੇ ਭੋਗੀ ਵੀ ਰਾਤ ਜਾਗਦਾ, ਦੋਨੋਂ ਜਾਗਦੇ ਨੇ। ਜਿਹੜੇ ਕਹਿੰਦੇ ਆ ਵੀ ਰਾਤ ਕਿਵੇਂ ਭਗਤੀ ਹੋ ਸਕਦੀ ਹੈ, ਆਹ ਬਾਹਰ ਸੜਕਾਂ ਤੇ ਦੇਖੋ ਅੱਜ ਵੀਕਐਂਡ ਆ ਗਿਆ, ਇਹ ਰਾਤ ਕਿਵੇਂ ਜਾਗਦੇ ਫਿਰਦੇ, ਇਹਨਾਂ ਨੂੰ ਨੀਂਦ ਨਹੀਂ ਸਤਾਉਂਦੀ, ਇਹਨਾਂ ਨੂੰ ਕੀ ਪਲੰਘ ਆਵਾਜ਼ ਨਹੀਂ ਮਾਰਦਾ। ਜੇ ਇੱਕ ਬੰਦਾ ਗਲਤ ਰਸਤੇ ਤੇ ਤੁਰ ਗਿਆ, ਰਾਤ ਅਕਾਵਟ ਥਕਾਵਟ ਉਹਨੂੰ ਵੀ ਨਹੀਂ, ਜੋਗੀ ਵੀ ਰਾਤ ਜਾਗਦਾ, ਭੋਗੀ ਵੀ ਰਾਤ ਜਾਗਦਾ, ਅੰਤਰ ਸਿਰਫ ਇੰਨਾ ਕਿ ਭੋਗੀ ਪਾ ਕੇ ਗਵਾ ਜਾਂਦਾ ਤੇ ਜੋਗੀ ਗਵਾ ਕੇ ਪਾ ਜਾਂਦਾ ਹੈ। ਫਿਰ ਸਮਝਿਓ, ਭੋਗੀ ਉਹ ਪਾ ਕੇ ਗਵਾ ਗਿਆ ਤੇ ਜੋਗੀ ਉਹ ਗਵਾ ਕੇ ਪਾ ਗਿਆ। ਭੋਗੀ ਨੂੰ ਇੱਕ ਰਾਤ ਮਿਲੀ ਹੈ, ਉਹਨੇ ਸਾਰੀ ਰਾਤ ਜਿਹੜੀ ਮਿਲੀ ਸੀ ਪਾਈ, ਇਹਦਾ ਮਤਲਬ ਪਾਈ ਜੋ ਸਮਾਂ ਮਿਲਿਆ ਉਹਨੇ ਪਾ ਕੇ ਗਵਾ ਦਿੱਤਾ, ਤੇ ਦੂਜੇ ਪਾਸੇ ਜਿਹਨੂੰ ਲੋਕ ਕਹਿੰਦੇ ਸਨ ਗਵਾਇਆ, ਉਹਨੇ ਸਾਰੀ ਰਾਤ ਲਾ ਦਿੱਤੀ ਸਿਰੇ, ਲੋਕਾਂ ਦੀ ਨਜ਼ਰ ਵਿੱਚ ਗਵਾਇਆ, ਪਰ ਉਹ ਸਵੇਰੇ ਸਭ ਕੁਝ ਪਾ ਗਿਆ। ਕਿਉਂਕਿ ਦੁਨੀਆਂ ਦਾ ਸੁਭਾਅ ਹੈ ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ। ਜਿਹੜਾ ਬੰਦਾ ਸੱਚੀ ਮੁੱਚੀ ਭਗਤੀ ਕਰਦਾ ਉਹ ਦੁਨੀਆਂ ਤੇ ਉਹ ਆਇਆ ਹੈ, ਉਹਨੂੰ ਕਹਿੰਦੇ ਛੱਡੋ ਇਹ ਤਾਂ ਗਿਆ ਗਵਾਚਾ, ਇਹਨੇ ਕੀ ਦੁਨੀਆਂ ਵੇਖੀ। ਤੁਹਾਨੂੰ ਅਕਸਰ ਮਿਲਦੇ ਹੋਣਗੇ ਲੋਕ, ਜਿਹੜਾ ਬੰਦਾ ਗੁਰਦੁਆਰੇ ਆਉਂਦਾ ਹੈ, ਬਾਣੀ ਪੜ੍ਹਦਾ ਹੈ, ਗੁਰੂ ਸਾਹਿਬ ਦੇ ਭੈ ਚ ਰਹਿੰਦਾ ਹੈ, ਖਾਣ ਪੀਣ ਵਾਲੇ ਅਕਸਰ ਲੋਕ ਅਸੀਂ ਕੰਨਾਂ ਨਾ ਸੁਣਿਆ ਪਿੰਡਾਂ ਚ, ਛੱਡੋ ਜੀ ਇਹ ਤੇ ਮੂੰਗੀ ਦੀ ਦਾਦ ਵਾਲੇ ਨੇ, ਇਹਨਾਂ ਕੀ ਖੱਟਿਆ ਦੁਨੀਆਂ ਚ ਆ ਕੇ, ਕੁਛ ਵੀ ਨੀ ਵੇਖਿਆ ਇਹਨਾਂ। ਚੇਤੇ ਰੱਖੋ ਜਿਹੜੇ ਵੇਖਣ ਤੁਰੇ ਉਹ ਗਵਾ ਕੇ ਆ ਗਏ, ਜਿਨ੍ਹਾਂ ਨੂੰ ਕੁਛ ਨੀ ਕਹਿੰਦੇ ਵੇਖਿਆ ਉਹਨਾਂ ਗਵਾਉਣ ਵਾਲਿਆਂ ਨੇ ਕੁਛ ਪਾ ਲਿਆ। ਉਹ ਸਾਰੀ ਰਾਤ ਪ੍ਰੇਮਾ ਭਗਤੀ ਕਰਦੇ ਤੇ ਭਗਤੀ ਥਕਾਵਟ ਨਹੀਂ ਖੋਣ ਦਿੰਦੀ, ਭਗਤੀ ਆਲਸ ਨਹੀਂ ਪੈਣ ਦਿੰਦੀ। ਕਦੀ ਕੋਈ ਇੱਕ ਰਾਤ ਜਾਗ ਕੇ ਦੇਖੇ ਤਾਂ ਸਹੀ, ਸਾਰੀ ਰਾਤ ਜਾਗੇ ਹੋਏ ਬੰਦਾ ਕੰਮ ਕਰੇ ਤੇ ਸਵੇਰੇ ਕਹੇਗਾ ਥੱਕ ਗਿਆ, ਤੇ ਬੇਨਤੀ ਹੈ ਵੀ ਸਾਰੀ ਰਾਤ ਪ੍ਰੇਮਾ ਭਗਤੀ ਕਰੇ ਤੇ ਸਵੇਰੇ ਬੰਦਾ ਬਿਲਕੁਲ ਤਰੋ ਤਾਜ਼ਾ ਹੁੰਦਾ, ਇੰਝ ਲੱਗਦਾ ਜਿਵੇਂ ਰਾਤ ਜਾਗਿਆ ਹੀ ਨਹੀਂ, ਕਿਉਂਕਿ ਸਿਮਰਨ ਆਪਣੀ ਕਿਰਪਾ ਨਾਲ ਵਰਤਾਉਂਦਾ। ਹਰ ਸਿਮਰਨ ਮੈਂ ਆਪ ਨਿਰੰਕਾਰਾ ਹੈ, ਪ੍ਰੇਮ ਭਗਤ ਰਾਤੀ ਕਹੇ। ਹੁਣ ਰਾਤ ਜਾਗ ਕੇ ਬੰਦਗੀ ਕਰਨੀ, ਪਿਛਲੇ ਸਾਲ
ਬਾਬਾ ਫਰੀਦ ਸਾਹਿਬ ਦੇ ਸੰਬੰਧ ਵਿੱਚ ਇੱਕ ਬੇਨਤੀ ਕੀਤੀ ਸੀ। ਬਾਬਾ ਫਰੀਦ ਸਾਹਿਬ ਦੇ ਮੁਰੀਦ ਨਜਾਮੂਦੀਨ ਔਲੀਆ ਨੇ, ਉਹਨਾਂ ਦੇ ਮੁਰਸ਼ਦ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਨੇ, ਇੱਕ ਵਾਰ ਨਜ਼ਾਮੂਦੀਨ ਔਲੀਆ ਨੂੰ ਕਿਸੇ ਨੇ ਪੁੱਛ ਲਿਆ ਸੀ ਕਿ ਕਦੀ ਤੁਸੀਂ ਬਾਬੇ ਫਰੀਦ ਨੂੰ ਰਾਤ ਦੇਖਿਆ, ਉਹਨਾਂ ਦੇ ਟਿਕਾਣੇ ਵਿੱਚ ਉਹਨਾਂ ਦੀ ਥਾਂ ਤੇ ਉਹ ਰਾਤ ਵਿਸ਼ਰਾਮ ਕਿਵੇਂ ਕਰਦੇ ਸਨ, ਉਹ ਕਿਸ ਵੇਲੇ ਆਪਣੇ ਮੰਜੇ ਤੇ ਜਾਂ ਆਪਣੇ ਆਸਨ ਤੇ ਪੈਂਦੇ ਸਨ। ਤੇ ਨਜ਼ਾਮੂਦੀਨ ਔਲੀਆ ਸਾਹਿਬ ਨੇ ਆਪਣੀਆਂ ਅੱਖਾਂ ਵਿੱਚ ਨੀਰ ਭਰ ਕੇ ਕਿਹਾ ਸੀ, ਕਹਿਣ ਲੱਗੇ ਦੇਖਿਆ ਬਹੁਤ ਵਾਰੀ, ਪਰ ਕਹਿੰਦੇ ਨੇ ਮੈਂ ਖਿਮਾ ਮੰਗ ਲੈਂਦਾ ਸੀ ਉਹਨਾਂ ਤੋਂ। ਕਹਿੰਦੇ ਨੇ ਬੱਤੀ ਜਗਦੀ ਹੁੰਦੀ ਸੀ ਦੀਵਾ, ਤੇ ਮੈਂ ਦਰਵਾਜ਼ੇ ਦੀ ਝੀਤ ਵਿੱਚੋਂ, ਝੀਤ ਸ਼ਬਦ ਆਪਾਂ ਸਮਝਦੇ ਹਾਂ, ਉਹ ਸੁਰਾਖ ਵਿੱਚੋਂ ਝੀਤ ਵਿੱਚੋਂ ਦੇਖਣਾ। ਕਹਿੰਦਾ ਅਸੀਂ ਸਮਝਦੇ ਸਾਂ ਸਾਰੀ ਦੁਨੀਆ ਸੁੱਤੀ ਏ ਤੇ ਬਾਬਾ ਸਾਹਿਬ ਸਜਦੇ ਦੇ ਵਿੱਚ ਹੁੰਦੇ ਸਨ, ਉਹਨਾਂ ਨੇ ਸਜਦਾ ਕਰਦੇ ਹੋਣਾ ਰਾਤ ਨੂੰ, ਤੇ ਕਈ ਵਾਰੀ ਉੱਠ ਕੇ ਦੋਨੋਂ ਹੱਥ ਚੁੱਕ ਕੇ ਦੁਆ ਕਰਨੀ ਤੇ ਨਾਲ ਇਹ ਸ਼ਬਦ ਕਹਿਣੇ, ਯਾ ਅੱਲਾਹ ਮੈਂ ਜੀਆਂ ਤਾਂ ਵੀ ਤੇਰੇ ਵਾਸਤੇ ਤੇ ਜਿਸ ਦਿਨ ਮੈਂ ਮਰਾਂ ਉਦਨ ਵੀ ਤੇਰੇ ਵਾਸਤੇ। ਇਹੀ ਸ਼ਬਦ ਕਹਿਣੇ, ਮੈਂ ਜੀਆਂ ਵੀ ਤੇਰੇ ਲਈ, ਮੈਂ ਮਰਾਂ ਵੀ ਤੇਰੇ ਲਈ, ਸਾਰੀ ਸਾਰੀ ਰਾਤ ਇਬਾਦਤ ਕਰੀ ਜਾਣੀ। ਤੇ ਜਦੋਂ ਉਹ ਮੈਂ ਕਹਾਣੀ ਸਾਹੀ ਪੜ੍ਹੀ ਤੇ ਬਾਬਾ ਸਾਹਿਬ ਦਾ ਬਚਨ ਚੇਤੇ ਆ ਗਿਆ, ਕਹਿਣ ਲੱਗੇ ਜਿਨ੍ਹਾਂ ਨੂੰ ਪ੍ਰੇਮ ਭਗਤੀ ਦੀ ਚਿਣਗ ਲੱਗ ਜਾਏ, ਲੋਕ ਰਾਤ ਸੁੱਤੇ ਹੁੰਦੇ ਨੇ ਉਹ ਜਾਗਦੇ ਨੇ, ਤੇ ਹਿੱਸੇ ਉਹਨਾਂ ਦੀ ਕਸਤੂਰੀ ਆਉਂਦੀ ਹੈ ਜਿਨ੍ਹਾਂ ਦੀਆਂ ਅੱਖਾਂ ਨੂੰ ਨੀਂਦ ਕਦੀ ਨਹੀਂ ਆਉਂਦੀ। ਪ੍ਰੇਮ ਭਗਤ ਰਾਤੀ ਕਰੇ, ਬਾਬਾ ਸਾਹਿਬ ਦਾ ਬਚਨ ਹੈ। ਕਹਿਣ ਲੱਗੇ ਫਰੀਦਾ ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੇ ਨਾ ਭਾਓ, ਭਾਓ ਦਾ ਅਖਰੀ ਅਰਥ ਤੇ ਪ੍ਰੇਮ ਨੀ, ਭਾਓ ਦਾ ਅਰਥ ਹਿੱਸਾ, ਜਿਹੜੇ ਸੁੱਤੇ ਨੇ ਉਹਨਾਂ ਨੂੰ ਹਿੱਸਾ ਕਿੱਥੇ ਮਿਲੇਗਾ। ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੇ ਨਾ ਭਾਓ, ਜਿਨ੍ਹਾਂ ਨੈਣ ਨੀਂਦਰਾਵਲੇ ਤਿੰਨਾਂ ਮਿਲਣ ਕਵਾਓ, ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਨੇ ਖਾ ਲਿਆ, ਨੀਂਦ ਨੇ ਖਾ ਲਿਆ, ਉਹ ਕਿਵੇਂ ਇਸ ਨੂੰ ਪਾਣਗੇ। ਬਾਬਾ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਇੱਕ ਰਾਤ ਪਿਆਰੇ ਦੇ ਵਸਲ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਨਿਕਲੀ, ਤੇ ਕਹਿੰਦੇ ਨੇ ਇੱਕ ਰਾਤ ਦਾ ਵਿਛੋੜਾ ਹੀ ਅਸਹਿ ਹੈ, ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਇਹ ਰਾਤ ਜਾਗਣ ਵਾਲੇ ਨੇ। ਗੁਰੂ ਸਾਹਿਬ ਦੀ ਬਾਣੀ ਵਿੱਚੋਂ ਇੱਕ ਦੋ ਪ੍ਰਮਾਣ ਹੋਰ ਅਸੀਂ ਲੈ ਲਈਏ, ਜਾਗਣਾ ਤੇ ਸੌਣਾ ਇਹ ਸਫਲ ਹੈ। ਗੁਰਮੁਖ ਜਾਗਦਾ ਵੀ ਪ੍ਰਵਾਨ ਹੈ ਤੇ ਗੁਰਮੁਖ ਸੁੱਤਿਆਂ ਵੀ ਪ੍ਰਵਾਨ ਹੈ। ਇੱਥੇ ਬੇਨਤੀ ਮੈਂ ਇਹ ਦੌਰਾਨ ਲੱਗਾ ਸ਼ਬਦ, ਕਿਉਂਕਿ ਸਰੀਰ ਮੁਕੰਮਲ ਨਹੀਂ ਸੌਂਦਾ, ਪੂਰਾ ਬਦਨ ਕਦੀ ਨਹੀਂ ਸੌਵੇਗਾ। ਜਿਸ ਦਿਨ ਪੂਰਾ ਸਰੀਰ ਸੌਵੇਗਾ, ਉਸ ਦਿਨ ਜ਼ਿੰਦਗੀ ਦਾ ਅੰਤ ਹੋਵੇਗਾ ਬਾਹਰ ਮੁਖੀ ਦਾ। ਜਿਵੇਂ ਇੱਥੇ ਅਰਜ਼ ਕੀਤੀ ਸੀ ਉਹ ਸ਼ਬਦ ਅੱਜ ਇਹ ਜ਼ਰੂਰੀ ਸੀ ਕਿ ਗੁਰਮੁਖ ਦਾ ਸੌਣਾ ਵੀ ਜਾਗਣਾ ਹੈ। ਰਾਤ ਸੌਂਦੇ ਆ, ਨੇਤਰ ਬੰਦ ਨੇ, ਹੱਥ ਪੈਰ ਆਰਾਮ ਵਿੱਚ ਨੇ, ਦਿਮਾਗ ਉਹਨੂੰ ਆਰਾਮ ਮਿਲ ਰਿਹਾ, ਪਰ ਯਾਦ ਰੱਖੀਏ ਸਾਡੇ ਦਿਲ ਦੀ ਧੜਕਣ ਨੂੰ ਕਦੀ ਵੀ ਸੌਂਦੀ ਨਹੀਂ। ਸਰੀਰ ਥੱਕਿਆ ਹੋਇਆ ਕਹੇਗਾ ਬਸ ਹੁਣ ਕੰਮ ਨਹੀਂ ਹੋ ਰਿਹਾ, ਪਰ ਦਿਲ ਨੂੰ ਪੁੱਛ ਕੇ ਦੇਖੋ ਜਦੋਂ ਕੰਮ ਕਰ ਰਹੇ ਹਾਂ ਉਦੋਂ ਵੀ ਉਹ ਚੱਲ ਰਿਹਾ ਹੈ, ਤੇ ਜਦੋਂ ਰਾਤ ਨੂੰ ਸੁੱਤਿਆਂ ਉਦੋਂ ਵੀ ਉਹ ਚੱਲਦਾ ਪਿਆ ਹੈ, ਉਹਨੇ ਤਾਂ ਆਰਾਮ ਨਹੀਂ ਕੀਤਾ। ਸਾਡੇ ਖੂਨ ਦਾ ਸਰਕਲ, ਸਾਡੇ ਖੂਨ ਦਾ ਜਿੰਨਾ ਵੀ ਚੱਕਰ ਘੇਰਾ ਹੈ ਉਹ ਕਿਹੜਾ ਰਾਤ ਨੂੰ ਆਰਾਮ ਕਰਦਾ ਹੈ? ਕਿ ਕਿਡਨੀਆਂ ਰਾਤ ਨੂੰ ਖੂਨ ਸਾਫ਼ ਕਰਨਾ ਬੰਦ ਕਰ ਦਿੰਦੀਆਂ? ਸਾਡੇ ਸਵਾਸ ਵੀ ਸਾਰਾ ਦਿਨ ਜਿਹੜੇ ਕਾਹਲੀ ਨਾਲ ਥੱਕ ਜਾਂਦੇ ਨੇ ਉਹ ਵੀ ਰਾਤ ਆਰਾਮ ਨਹੀਂ ਕਰਦੇ, ਉਹ ਵੀ ਚੱਲਦੇ ਪਏ ਨੇ। ਜੇ ਸਰੀਰ ਦੇ ਅੰਦਰੂਨੀ ਹਿੱਸੇ ਆਪਣੇ ਆਪ ਕੰਮ ਕਰੀ ਜਾ ਰਹੇ ਨੇ, ਤੇ ਜਿਹੜਾ ਪਰਮਾਤਮਾ ਦੀ ਭਗਤੀ 'ਚ ਜੁੜਿਆ ਹੈ, ਖਿਮਾ ਕਰਿਓ, ਬਾਹਰ ਮੁਖੀ ਸੁੱਤਾ ਲੱਗਦਾ ਪਰ ਅੰਦਰ ਤਾਂ ਨਾਮ ਪੱਕੋ ਜਾਗਦਾ ਹੁੰਦਾ, ਅੰਦਰ ਉਹਦੇ ਨਾਮ ਚੱਲ ਰਿਹਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਜਿਹੜੇ ਪ੍ਰੇਮਾ ਭਗਤੀ ਵਾਲੇ ਨੇ ਉਹ ਰਾਤ ਜਾਗਦੇ ਨੇ। ਸਤਿਗੁਰੂ ਦੇ ਬਾਣੀ ਵਿੱਚ ਕਬੀਰ ਸਾਹਿਬ ਤਾਂ ਆਵਾਜ਼ ਦੇ ਕੇ ਕਹਿੰਦੇ ਨੇ, ਕਬੀਰ ਸੋਤਾ ਕਿਆ ਕਰੇ, ਬੈਠਾ ਰੋ ਅਰ ਜਾਗ, ਜਾਂ ਕੇ ਸੰਗ ਤੇ ਬੀਛੁਰਾ, ਤਾਂ ਹੀ ਕਹਿ ਸੰਗ ਲਾਗ ਪ੍ਰੇਮਾ ਭਗਤੀ ਕਰ। ਪਰ ਜਾਗਣਾ ਕਿੱਥੇ ਵੇ? ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਪਰਮਾਤਮਾ ਦੀ ਕੀਰਤੀ ਵਿੱਚ ਸਾਹਿਬ ਕਹਿੰਦੇ ਨੇ, ਭਿੰਨੀ ਰੈਨੜੀਏ ਚਮਕਨ ਤਾਰੇ, ਚੱਚੇ ਨੂੰ ਕੰਨਾ ਹੈ ਚਮਕਨ ਤਾਰੇ, ਜਾਗੈ ਸੰਤ ਜਨਾ
मेरे राम प्यारे सदा जागे नाम सिमरें अन दिनों ओ जाग देने अन दिनों दा अर्थ ये वे जेड़े दिन ते रात ही बंदगी कर जाने भगत सैन जी सारी रात जाग देने प्रेमा भगती कर देने सिमरन कर देने मालक दी इबादत कर देने ताई गुरु साहब ने बाणी च क्या भाई इनिया रातां सौ के कढ़ लिया कदी महीने विच एक रात तां कढ़ दे के पूरी दी पूरी रात अज सिमरन नूं समर्पित है पूरी दी पूरी रात अज बंदगी करनी है पूरी दी पूरी रात अज मैं गुरु नानक साहब दे चरण घुट के पकड़ देने ते चेते रखियो हो सकदा है जिंदगी दी एक रात सिमरन विच जागी हुई जीवन रूपी रात नूं ही बदल के चली जाए। सतगुरु ने बाणी विच अरदास करके मंगिया भी के कर्महीन धन करे बेनंती कद नानक आवै वारी सब सुहागण माणै रलियां इक देवो रात मुरारी एक रात दे दे। साहब ने कहा कबीर केसो केसो पुकी है एक रात ही किते पुकार ले ना सोई है असार रात दिवस के कूकने कवूं का सुने पुकार कदी रात दी पुकार मालक दे दर ते तेरी सुनी जाए। भगत सैन सारी रात जाग के प्रेमा भगती कर देने शब्द उस पौड़ी वल के सुन प्रताप कबीर दा दूजा सिख होवा सैन नाई प्रेम भगत राती करे भलके राज द्वारे जाई सवेरे राज द्वार सेवा करन जांदे। अज की होया के शाम पई है ते उन्हां दे घर विच महात्मा आ गए संत आ गए बंदगी करन वालियां पवित्र रूहां आ गईयां ते वैसे वाहिगुरु भी सबब बनांदा है जिखो जै बंदे दे अंदर दी चाहे ओहो जा अंदर दा राह है ओह ही मिल जांदे ने किते भी चले जाओ सच्ची गल जो यार मित्र ओह जी इकट्ठा हो जांदे ने। जिहड़ा इंडिया च कलासी खड़कांदा रहा है ना चेते रखो इत्थे भी मित्र नवे लभ जांदे ने उहनां दी सोच है जे उत्थे किसे बंदगी कीती है ते इत्थे भी बंदगी वाले जरूर मिलणगे। इत्थों तक कई वारी हो सकदा है आपां काम करदे होईए कोई सिख ना होवे कोई दूजे धर्म दा इहो जिहा मिल जांदा है जिहड़ा परमात्मा दे भय विच रहण वाला हुंदा क्योंकि अंदर नूं राह मिलदा है। जिवें चुंबक लोहे नूं अपने वल खिंचदा है जिवें धरती दी खिच हर चीज नूं अपने वल आकर्षित कर रही है इसे तरह सिमरन विच भिज्जियां होईयां रूहां दा जीवन जिहड़ा है वह लंघदे हो लोकां नूं खिंचदा है ते भगती करन वालियां दी समझ सरोत भगती वालियां नूं पै जांदी है। संत जन आए शाम दा वेला है भगत सैन अपने घर च ने वह आ गए हुण आ के निंदिया नहीं शुरू हुई। मैं इत्थे जरूर रोक के बेनती करनी चाहुंदा सां कहन लगे प्रेम भगत राती करे भलके राज द्वारे जाई आए संत परौने कीर्तन होवा रहन सवाई। संत जन परौने बन के आए अतिथि आए मेहमान आए बटाऊ आए ते जेड़े ओ परौने आए ने खून दे रिश्ते वाले परौने नहीं। आपां किसे दे घर जाने गुरु ग्रंथ साहिब जी नूं पुछिए महाराज जी ने ते कहा जिथे अरदास करने नाम मिले कामयाबी मिले तरक्की मिले उथे भी अरदास करिया कर मालका मेरे घर परौने भी आउण जिन्हां दे आउण नाल तेरी याद आउंदी होवे। गुरु ग्रंथ साहिब दी बाणी अनुसार आपां घरां च जाने एक दूजे दे उथे संत जन परौने आए ते सारी रात उथे दुनिया दी गल कोई नहीं होई सारी रात दुनिया दा शब्द कोई नहीं होया सारी रात ओ संत जन कीर्तन करदे रहे भगत सैन जी टेक के कीर्तन सुनदे रहे ते कीर्तन सुनदिया सुनदिया ये भी भुल गया भी सवेरे जाके राजे दी सेवा भी करनी। आए संत परौने कीर्तन होवा रहन सबाई छड ना सकै संत जन राज द्वार ना सेव कमाई। आओ गुरु साहब तो पुछिए सतगुरु गुरु पंचम पिता कहिंदे ने मालक सवेरे दिन चढ़े ते मेरे घर एक परौना आ जाए वह परौना आए ते वह ऐसा परौना होवे कि जिथे बैठे वह नाम सुने वह कीर्तन सुने वह बाणी सुने वह भगती बारे गल करे एहो जिहा परौना भेज कि जिदे चरण पैण नाल मेरे घर दे विच भी बंदगी दी फिजा मेरे घर दे विच भी बंदगी दीआं तरंगां उठन लग पैण
ਤੇ ਮੈਂ ਵਡਭਾਗਾ ਸਮਝਾਂਗਾ ਜੇ ਉਹਦੇ ਆਉਣ ਨਾਲ ਮੇਰੇ ਘਰ ਵਿੱਚ ਨਾਮ ਸਿਮਰਨ ਸ਼ੁਰੂ ਹੋ ਜਾਏ। ਉਹ ਬਚਨ ਕਹੇ ਭਲਕੇ ਉੱਠ ਪਰਾਹੁਣਾ ਮੇਰੇ ਘਰ ਆਓ, ਭਲਕੇ ਸਵੇਰੇ ਮੇਰੇ ਘਰ ਵਿੱਚ ਆ ਜਾਏ ਤੇ ਉਹ ਕਰੇ ਕਿ ਮੈਂ ਕੀ ਕਰਾਂ, ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ, ਭਾਵੋ ਮੈਨੂੰ ਚੰਗਾ ਲੱਗੇ ਹੋ, ਮੈਂ ਉਹਦੇ ਚਰਨ ਪਰਸਾ, ਉਹਦੇ ਪੈਰ ਪਖਾਲਾ, ਮੇਰੇ ਮਨ ਕਰਕੇ ਤਨ ਕਰਕੇ ਉਹ ਚੰਗਾ ਲੱਗੇ। ਭਲਕੇ ਉੱਠ ਪਰਾਹੁਣਾ ਮੇਰਾ ਕਰ ਆਵੋ, ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ, ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ। ਉਹ ਪ੍ਰਾਹੁਣਾ ਜਿਹੜਾ ਆਵੇ ਉਹ ਨਾਮ ਸੁਣੇ, ਨਾਮ ਕਹੇ ਤੇ ਨਾਮ ਨੂੰ ਇਕੱਠਿਆਂ ਕਰੇ ਤੇ ਮੈਨੂੰ ਬਿਠਾ ਕੇ ਪੁੱਛੇ ਕਿਵੇਂ ਬੰਦਗੀ ਕਰਦੇ ਹੋ। ਗੁਰਮੁਖ ਬੈਠੇ ਆ ਅਕਸਰ, ਜਦੋਂ ਕੋਈ ਵਾਕਈ ਪਹੁੰਚੀ ਰੂਹ ਆਉਂਦੀ ਹੈ ਉਹ ਗੱਲ ਸਿਮਰਨ ਤੋਂ ਕਰੇਗਾ, ਸਿਮਰਨ ਕਰੇਗਾ, ਬਾਣੀ ਪੜ੍ਹੇਗਾ, ਨਾਮ ਹੀ ਬੋਲੇ, ਉਹਦੇ ਘਰ ਬੈਠਿਆਂ ਉਂਝ ਵੀ ਮਾਹੌਲ ਬਣ ਜਾਂਦਾ ਅੰਦਰ ਦੀ ਟਿਕਾਅ ਵਾਲਾ, ਬੰਦਗੀ ਵਾਲਾ। ਅਸੀਂ ਇੱਕ ਦੂਜੇ ਨੂੰ ਮਿਲਨੇ ਆ, ਉਹ ਪੁਰਾਤਨ ਖੇਡ ਨਹੀਂ ਜੇ। ਹਾਂ, ਨਾਮ ਰਸੀਆਂ ਦੀ ਕੁਝ ਖੈ, ਅਸੀਂ ਵੀ ਭਾਵੇਂ ਕਥਾ ਕੀਰਤਨ ਕਰਨ ਵਾਲੇ ਇੱਥੇ ਮਿਲਾਂਗੇ, ਪੁੱਛਾਂਗੇ ਕੀ ਹਾਲ ਚਾਲ ਹੈ, ਕੰਮ ਕਾਰ ਕੀ ਹੈ, ਕਿਵੇਂ ਕਰਦੇ ਹੋ। ਕਦੀ ਕੋਈ ਟਾਵਾਂ ਟਾਵਾਂ ਪੁੱਛਦਾ, ਭਾਈ ਨਿਤਨੇਮ ਕਰਦੇ ਹੋ, ਸਿਮਰਨ ਕਰਦੇ ਹੋ, ਬੰਦਗੀ ਕਰਦੇ ਹੋ, ਕਦੀ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਵਾ ਕੇ ਪਾਠ ਕਰਾਇਆ ਜੇ, ਕਦੀ ਪਰਿਵਾਰ ਸਮੇਤ ਬੈਠ ਕੇ ਗੁਰੂ ਗੁਰੂ ਜਪਿਆ ਹੈ। ਤੇ ਪੁਰਾਤਨ ਗੁਰਸਿੱਖ ਜਿਹੜੇ ਸਨ ਇੱਕ ਦੂਜੇ ਨੂੰ ਮਿਲਦੇ ਸਨ ਤੇ ਦੱਸਦੇ ਹੁੰਦੇ ਸਨ ਕਿ ਇਸ ਵੇਲੇ ਮੈਂ ਇੰਨੀ ਬਾਣੀ ਕੰਠ ਕੀਤੀ ਹੈ ਤੇ ਇੰਨੀ ਗੁਰਬਾਣੀ ਲਿਖੀ ਹੈ। ਬਾਬਾ ਤੁਖ ਭੰਜਨ ਸਾਹਿਬ ਹੋਏ ਨੇ ਸੇਵਾ ਪੰਥੀ ਮਹਾਂਪੁਰਖ, ਤੇ ਇਹਨਾਂ ਉੱਪਰ ਵਾਹਿਗੁਰੂ ਜੀ ਦੀ ਬਹੁਤ ਤਰਸ ਸੀ, ਦਇਆ ਸੀ। ਤੇ ਜਦੋਂ ਕਿਸੇ ਸਿੱਖ ਨੂੰ ਮਿਲਦੇ ਸਨ ਤੇ ਪਹਿਲੀ ਗੱਲ ਪੁੱਛਦੇ ਸਨ ਕਿਹਦਾ ਸਿੱਖ ਹੈ, ਉਹਨੇ ਕਹਿਣਾ ਧੰਨ ਗੁਰੂ ਨਾਨਕ ਸਾਹਿਬ ਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਤੇ ਉਹਨਾਂ ਪੁੱਛਣਾ ਵੀ ਜਪਜੀ ਸਾਹਿਬ ਚੇਤੇ ਵੇ, ਅਗਲੇ ਕਹਿਣਾ ਨਹੀਂ ਮੈਂ ਸਿੱਖ ਬਾਬੇ ਨਾਨਕ ਦਾ ਵਾਂ ਪਰ ਜਪਜੀ ਤੇ ਪੜ੍ਹਿਆ ਨਹੀਂ। ਉਹ ਇੱਕੋ ਸ਼ਬਦ ਹੁੰਦਾ ਸੀ ਸਾਧ ਭਾਸ਼ਾ ਚ, ਕਹਿਣ ਲੱਗੇ ਅਰੇ ਕਾਹੇ ਕਿ ਤੂੰ ਬਾਬੇ ਕੇ ਸਿੱਖ ਹੋ, ਤੁਮਕੋ ਜਪਜੀ ਵੀ ਯਾਦ ਨਹੀਂ, ਕਾਹਦਾ ਤੂੰ ਸਿੱਖ ਹੈ ਬਾਬੇ ਨਾਨਕ ਦਾ, ਜਿਹੜੀ ਪਹਿਲੀ ਬਾਣੀ ਕੀ ਸਾਨੂੰ ਚੇਤੇ ਨਹੀਂ। ਤੇ ਕਦੀ ਦੇਖੋ ਬਾਣੀ ਚੇਤੇ ਕਰਨ ਦੀ ਠੀਕ ਹੈ ਉਮਰ ਹੁੰਦੀ, ਆਪਾਂ ਕਹਿੰਦੇ ਹਾਂ ਬੱਚੇ ਨੂੰ ਬੜੀ ਛੇਤੀ ਹੋ ਜਾਂਦੀ ਚੇਤੇ, ਪਰ ਗੁਰੂ ਤੇ ਭਰੋਸਾ ਰੱਖ ਕੇ ਤੁਰੀਏ। ਜੇ 60 ਸਾਲ ਦਾ ਬਿਰਧ ਬਾਬਾ 12 ਸਾਲ ਗਾਗਰ ਢੋ ਕੇ ਗੁਰੂ ਬਣ ਕੇ 17 ਰਾਗਾਂ ਚ ਬਾਣੀ ਉਚਾਰਨ ਕਰ ਸਕਦੇ ਨੇ, ਆਪਾਂ ਬਾਣੀ ਕੰਠ ਕਿਉਂ ਨਹੀਂ ਕਰ ਸਕਾਂਗੇ। ਉਹ ਸਮਰੱਥ ਸਤਿਗੁਰੂ ਨੇ, ਪਰ ਕਦੀ ਕਿਸੇ ਸੋਚਿਆ ਮੈਂ ਹਫ਼ਤੇ ਵਿੱਚ 2 ਪਦ ਹੀ ਚੇਤੇ ਕਰ ਲਵਾਂ, ਇੱਕ ਤੁੱਕ ਹੀ ਮੇਰਾ ਖਿਆਲ ਹੈ ਗੁਰਮੁਖੋ, ਇੱਕ ਤੁੱਕ ਅੱਧੀ ਤੁੱਕ ਬੰਦਾ ਰੋਜ਼ ਦੀ ਚੇਤੇ ਕਰੇ, ਇੱਕ ਤੁੱਕ ਚੇਤੇ ਕਰੋ, ਸਾਲ ਵਿੱਚ 365 ਤੁਕਾਂ ਬਣ ਜਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ, ਕਿੰਨੇ ਸ਼ਬਦ ਬਣ ਜਾਣਗੇ। ਸੰਤ ਜਨ ਆਏ, ਘਰ ਵਿੱਚ ਕੋਈ ਆਵੇ, ਆਪਾਂ ਖਾਤਰਦਾਰੀ ਕਰਨੀ ਆ, ਪੂਰਾ ਜ਼ੋਰ ਸਾਡਾ ਲੱਗਾ ਹੁੰਦਾ ਵੀ ਇਸ ਬੰਦੇ ਨੂੰ ਰੱਜ ਕੇ ਛਕਾ ਦਿਓ। ਤੇ ਮੇਰੀ ਇੱਕ ਬੇਨਤੀ ਜੇ ਸਿੱਧੀ ਜੇ, ਮਸਕੀਨ ਸਾਹਿਬ ਇੱਕ ਕਿਹਾ ਸੀ, ਉਹਨਾਂ ਦੀ ਕਥਾ ਵਿੱਚ ਬੜੀ ਵਾਰੀ ਆਇਆ, ਮੈਂ ਕੋਟ ਕਰ ਦੇਣਾ, ਉਹ ਕਹਿੰਦੇ ਮੈਂ ਕਿਸੇ ਨੂੰ ਦੱਸ ਬੈਠਾ ਮੈਂ ਭਿੰਡੀ ਬੜੇ ਸ਼ੌਂਕ ਨਾਲ ਖਾਣਾ, ਕਹਿੰਦੇ ਜਿੱਥੇ ਮੈਂ ਗਿਆ ਕਹਿੰਦੇ ਦਵਾਈ ਰੱਬ ਦੀ ਮੇਰਾ ਬੰਦਿਆਂ ਬਸ ਕਰਾ ਦਿੱਤੀ ਭਿੰਡੀ ਖਵਾ ਖਵਾ ਕੇ। ਉਹ ਪੂਰਾ ਜ਼ੋਰ ਬੰਦੇ ਦਾ ਲੱਗਾ ਹੁੰਦਾ, ਰੋਟੀ ਇਸ ਕਰਕੇ ਖਾਣੀ ਹੈ ਵੀ ਇਹਨੂੰ ਖਵਾਓ, ਇਹ ਜੀਏ ਤੇ ਜੀਏ ਇਸ ਕਰਕੇ ਵੀ ਘਰਾੜੇ ਨਾ ਮਾਰੇ ਇੱਥੇ ਕਿ ਬੰਦਗੀ ਕਰੇ, ਇਹ ਗੁਰੂ ਦੀ ਸੇਵਾ ਕਰੇ, ਸਿਮਰਨ ਕਰੇ। ਅਸਲੀ ਗੱਲ ਤਾਂ ਹੈ ਪਰਮਾਤਮਾ ਦੀ ਭਗਤੀ। ਪ੍ਰਾਹੁਣੇ ਆਏ, ਗੁਰੂ ਸਾਹਿਬ ਨੇ ਕਿਹਾ ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤ ਹੋਏ ਹਰ ਕੇ ਗੁਣ ਗਾਹੋ, ਹਰ ਨਾਮ ਵਪਾਰੀ ਨਾਨਕਾ ਵਡਭਾਗੀ। ਪਾਉਂ ਟਾਵਾਂ ਟਾਵਾਂ ਪ੍ਰਾਹੁਣਾ ਕਿਤੇ ਹੁੰਦਾ, ਸਾਜਨਾ ਸੰਤ ਆਓ ਮੇਰੇ, ਹੇ ਰੱਬ ਦੇ ਸੰਤ ਜਨਾ ਤੂੰ ਪ੍ਰਾਹੁਣਾ ਬਣ ਕੇ ਆ ਤਾਂ ਸਹੀ, ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ, ਪ੍ਰੇਰੇ ਤੇਰੇ ਆਉਣ ਨਾਲ ਹੋਵੇਗਾ ਕੀ ਹੈ ਤੁਕ ਸਮਝਿਓ, ਆਨੰਦਾ ਗੁਣ ਗਾਏ ਮੰਗਲ, ਤੇਰੇ ਆਉਣ ਨਾਲ ਪਰਮਾਤਮਾ ਦੇ ਖੁਸ਼ੀ ਮੰਗਲਮਈ ਗੀਤ ਗਾਏ ਜਾਣਗੇ, ਕਸਮ ਲਾ ਮਿਟ ਜਾਹੇ ਪ੍ਰੇਰੇ। ਪ੍ਰੇਰੇ ਦਾ ਅਰਥ ਇੱਥੇ ਪ੍ਰੇਰਨਾ ਨਹੀਂ, ਪ੍ਰੇਰੇ ਦਾ ਅਰਥ ਹੁੰਦਾ ਦੂਰ, ਤੇਰੀ ਪ੍ਰੇਰਨਾ ਤੇਰੇ ਆਉਣ ਨਾਲ ਇੰਨੀ ਕਿਰਪਾ ਹੋ ਜਾਏ ਕਿ ਤੂੰ ਆ ਗਿਆ ਸਾਡਾ ਪਾਪ ਖਹਿੜਾ ਛੱਡ ਜਾਣਗੇ। ਆਨੰਦਾ ਗੁਣ ਗਾਏ ਮੰਗਲ, ਕਸਮ ਲਾ ਮਿਟ ਜਾਹੇ ਪ੍ਰੇਰੇ, ਸੰਤ ਚਰਨ
ਸਤਰੋਂ ਮੱਥ ਹੈ ਚਾਂਦਨਾ ਗ੍ਰਹਿ ਹੋਏ ਅੰਧੇਰੇ ਉਹ ਪ੍ਰਾਹੁਣਾ ਮੇਰੇ ਘਰ ਵਿੱਚ ਆਵੇ ਜਿਹਦੇ ਚਰਨ ਪਸਿਆਂ ਪਰਸਿਆਂ ਅੰਦਰ ਦਾ ਹਨੇਰਾ ਚਲਾ ਜਾਏ। ਇਹਨਾਂ ਨੂੰ ਸਾਹਿਬ ਨੇ ਕਿਹਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਤਾਂ ਹੀ ਬੇਨਤੀ ਕਰਦਿਆਂ ਕਿਹਾ ਭਾਈ ਕੋਈ ਮਿਲੇ ਐਸਾ ਕੋਈ ਜਨ ਖਰਸ਼ੋਂ ਦੇਵੈ ਜੋਰ ਭਲਕੇ ਉੱਠ ਪ੍ਰਾਹੁਣਾ ਐਸਾ ਆਵੇ ਮੇਰੇ ਘਰ ਦਾ ਹਰ ਮਾਹੌਲ ਚੇਂਜ ਹੋ ਜਾਏ ਤਬਦੀਲੀ ਆ ਜਾਏ। ਕੋਈ ਜਨ ਖਰਸ਼ੋਂ ਦੇਵੈ ਜੋਰ ਚਰਨ ਗਾਹੋਂ ਬਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਗੁਰਸਿੱਖ ਮਿਲੇ ਉਹਨੂੰ ਗੁਰੂ ਚੇਤੇ ਆਵੇ ਸਿਮਰਨ ਕਰੇ ਭਜਨ ਕਰੇ ਮਿਲਾਪ ਸਾਡਾ ਵੀ ਹੁੰਦਾ ਜੇ ਪਿਆਰਿਓ। ਮੈਂ ਸੱਚ ਇਹ ਗੱਲ ਕਹਿਣਾ ਮੈਂ ਵਿੱਚੇ ਸ਼ਾਮਿਲ ਹਾਂ ਜੋ ਗੁਰੂ ਜੀ ਨੇ ਕਿਹਾ ਕਦੀ ਗੱਲ ਕਰੀ ਜਾਵਾਂਗੇ ਕਦੀ ਤਾਂ ਮਨ ਨੂੰ ਲੱਗੇਗੀ ਨਾ। ਅੱਜ ਸਿੱਖ ਨੂੰ ਕੋਈ ਨਹੀਂ ਜੇ ਆਪਾਂ ਮਿਲਦੇ ਆਪਾਂ ਆਪਣੀ ਪਾਰਟੀ ਨੂੰ ਮਿਲਦੇ ਹਾਂ ਧੜੇ ਨੂੰ ਮਿਲਦੇ ਹਾਂ। ਇਹ ਬੰਦਾ ਛੱਡੂ ਜੀ ਫਲਾਣੇ ਜਥੇਬੰਦੀ ਦਾ ਇਹ ਫਲਾਣੇ ਨਾਲ ਸੰਬੰਧਿਤ ਹੈ ਮੇਰੀ ਬੇਨਤੀ ਸੁਣ ਲਿਓ ਛੱਡੋ ਜੀ ਇਹਦਾ ਫਲਾਣੇ ਨਾਲ ਸੰਬੰਧ ਹੈ। ਉਹ ਭਾਈ ਗੁਰਸਿੱਖੋ ਕਦੀ ਤਾਂ ਆਤਮਾ ਦੀ ਨਿਰਮਲਤਾ ਹੀ ਲੈ ਕੇ ਕਹਿ ਦਈਏ ਪਿਆਰਿਓ ਇਹਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਹੈ। ਸਿੱਖ ਦਾ ਕਿਰਦਾਰ ਤਾਂ ਬੜਾ ਵਿਸ਼ਾਲ ਹੈ ਉਹਦੇ ਅੰਦਰ ਸੰਕੀਰਤ ਦਾ ਨਹੀਂ। ਇੱਕ ਵਾਰ ਪੜ੍ਹਦਿਆਂ ਇਹ ਸ਼ਬਦ ਕਹਿ ਸਨ ਕਿਸੇ ਵਿਦਵਾਨ ਦੇ ਲਿਖੇ ਮੈਂ ਆਪ ਨਾਲ ਸਾਂਝੇ ਵੀ ਕੀਤੇ ਸਨ ਸਿੱਖ ਸਿੱਖ ਨੂੰ ਮਿਲੇ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਗਿਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਮੈਂ ਤਾਂ ਇੱਥੇ ਰੁਕਿਆ ਵੀ ਸੈਨ ਕਰ ਪ੍ਰਾਹੁਣੇ ਆਏ ਤੇ ਸਾਰੀ ਰਾਤ ਕੀਰਤਨ ਹੋਇਆ ਲੰਗਰ ਤਾਂ ਨੀ ਸਾਰੀ ਰਾਤ ਵਰਤਾਉਂਦੇ ਨੇ। ਦੇਖੋ ਮੇਰੀ ਬੇਨਤੀ ਲੰਗਰ ਸਰੀਰ ਚਰਾਉਣ ਲਈ ਏ ਲੰਗਰ ਬਫੇ ਨਹੀਂ। ਲੰਗਰ ਤਾਂ ਦਾਲ ਫੁਲਕਾ ਹੁੰਦਾ ਜੇ ਮੇਰੀ ਸੱਚੀ ਗੱਲ ਜੇ ਆਪਾਂ ਸਮਝੀਏ ਰਸ ਅੰਮ੍ਰਿਤ ਖੀਰ ਕਿਆਲੀ ਹੈ ਜੀਵ ਦੇ ਸਵਾਦ ਵਾਸਤੇ ਲੰਗਰ ਨਹੀਂ ਲੰਗਰ ਪੇਟ ਨੂੰ ਐਨਰਜੀ ਦੇਣ ਲਈ ਹੈ ਤੇ ਐਨਰਜੀ ਇਸ ਕਰਕੇ ਇਹਨੂੰ ਬੰਦਗੀ ਵਾਲੇ ਪਾਸੇ ਲਾ ਲਈਏ। ਹੁਣ ਦੋ ਸਿੱਖ ਮਿਲਦੇ ਨੇ ਉਹਨਾਂ ਦਾ ਆਪਸ ਵਿੱਚ ਪਿਆਰ ਕੀ ਹੈ। ਭਾਈ ਸਾਹਿਬ ਜੀ ਦੇ ਇੱਕ ਸੱਜਣ ਦੇ ਬਚਨ ਕਹਿੰਦੇ ਨੇ ਚਾਰ ਮਿਲੇ ਦਾ ਅਰਥ ਦੋ ਦੋ ਅੱਖਾਂ ਮਿਲੀਆਂ ਦੋਨਾਂ ਦੀਆਂ। ਸਿੱਖ ਨੇ ਸਿੱਖ ਨੂੰ ਦੇਖ ਲਿਆ 64 ਖਿਲੇ ਇੱਕ ਜਬਾੜੇ ਚ 32 ਦੰਦ ਹੁੰਦੇ ਨੇ 32-32 64 ਦੰਦ ਖਿੜ ਗਏ ਖੁਸ਼ ਹੋ ਗਏ ਕਹਿਣ ਲੱਗੇ ਵਾਹਿਗੁਰੂ ਤੂੰ ਕਿਰਪਾ ਕੀਤੀ ਸਿੱਖ ਮਿਲਾ ਦਿੱਤਾ। ਚਾਰ ਮਿਲੇ ਚਾਰ ਅੱਖਾਂ ਮਿਲੀਆਂ 64 ਖਿਲੇ 64 ਦੰਦ ਅਨਾਰਾਂ ਦੇ ਦਾਣਿਆਂ ਦੀ ਤਰ੍ਹਾਂ ਖਿੜ ਗਏ ਮਿਲੇ 20 ਕਰ ਜੋਰ ਜਦੋਂ ਆਪਸ ਵਿੱਚ ਮਿਲੇ ਤੇ 20 ਉਂਗਲਾਂ ਜੁੜ ਗਈਆਂ 10-10 ਹੋ ਗਈਆਂ ਦੋਨਾਂ ਦੀਆਂ ਨਾ ਮਿਲੇ 20 ਕਰ ਜੋੜ। ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਕਹਿੰਦੇ ਨੇ 3.5 ਕਰੋੜ ਰੋਮ ਗਿਣਤੀ ਕੀਤੀ ਸਿੱਧੀ ਜੀ ਕਹਿੰਦੇ ਸਿੱਖ ਸਿੱਖ ਨੂੰ ਮਿਲੇ ਤੇ ਰੋਮ ਰੋਮ ਵਿੱਚ ਨਾਮ ਦੀ ਪ੍ਰਵਾਹ ਚੱਲ ਪੈਂਦਾ। ਸਤਿਗੁਰੂ ਕਹਿੰਦੇ ਨੇ ਸਿੱਖ ਜਾਂ ਸੰਤ ਆਏ ਉਹਦੇ ਘਰ ਵਿੱਚ ਕੀਰਤਨ ਸ਼ੁਰੂ ਹੋ ਗਿਆ। ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ ਕਹਿਣ ਲੱਗੇ ਛੱਡ ਨਾ ਸਕੈ ਸੰਤ ਜਨ ਸੰਗਤ ਛੱਡਣ ਨੂੰ ਦਿਲ ਨਹੀਂ ਕਰਦਾ ਪਿਆ। ਇਸ ਤਰ੍ਹਾਂ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਇਉਂ ਕਹਿ ਲਓ ਕਿ ਜਿਵੇਂ ਭਵਰੇ ਨੂੰ ਭੁੱਲ ਜਾਂਦਾ ਹੈ ਉੱਡਣਾ ਫੁੱਲ ਉੱਤੇ ਹੀ ਮਦਹੋਸ਼ ਹੋਇਆ ਰਹਿੰਦਾ ਹੈ ਸੈਨ ਨੂੰ ਭੁੱਲ ਗਿਆ ਕਿਸੇ ਰਾਜੇ ਦੀ ਸੇਵਾ ਵੀ ਕਰਨੀ। ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੇ ਸੈਨ ਰੂਪ ਹਰ ਜਾਏ ਕਹਿ ਕਿਉਂਕਿ ਇਹ ਮੈਂ ਤਾਂ ਪੌੜੀ ਤੇ ਰੁਕਿਆ ਇਸ ਨੂੰ ਅਸੀਂ ਆਮ ਪਚਾਕਾ ਮਾਰ ਕੇ ਨਿਕਲ ਜਾਂਦੇ ਹਾਂ। ਇਸ ਅਜਮਤ ਨੂੰ ਇਸ ਰੱਬੀ ਖੇਡ ਨੂੰ ਅਸੀਂ ਛੇਤੀ ਮੰਨਦੇ ਨਹੀਂ ਪਰ ਬਾਣੀ ਦੇ ਸ਼ਬਦ ਪੜ੍ਹੀ ਜਾਂਦੇ ਬਾਣੀ ਚ ਅਸੀਂ ਦੇਖਾਂਗੇ ਸੈਨ ਉੱਥੇ ਹੈ ਸੈਨ ਦਾ ਰੂਪ ਧਾਰਨ ਕਰਕੇ ਭਾਈ ਸਾਹਿਬ ਦੇ ਕਥਨ ਮੁਤਾਬਕ ਕਿ ਪਰਮਾਤਮਾ ਨੇ ਆਪ ਰਾਜੇ ਦੀ ਮਾਲ ਜਾ ਕੀਤੀ ਆਪ ਉਹਦਾ ਇਸ਼ਨਾਨ ਚਾ ਕਰਾਇਆ। ਰਾਜੇ ਨੂੰ ਪੀੜਾ ਸੀ ਰੋਗ ਸੀ ਹੁਣ ਜਦੋਂ ਉਹ ਮਾਲਿਸ਼ ਕੀਤੀ ਹੁਣ ਇਹ ਕਿਵੇਂ ਕਵਾਂ ਕਿਵੇਂ ਆਪਾਂ ਇਹਨੂੰ ਐਕਸਪਲੇਨ ਕਰਾਂਗੇ। ਭਾਈ ਸਾਹਿਬ ਕਹਿੰਦੇ ਨੇ ਉੱਥੇ ਆਪ ਸੈਨ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ। ਅੱਜ ਇਹੋ ਜਿਹੀ ਮਾਲਿਸ਼ ਕੀਤੀ ਉਹਦੇ ਰੋਗ ਕੱਟੇ ਗਏ ਉਹਦਾ ਇਸ਼ਨਾਨ ਕਰਾਇਆ ਉਹਨੂੰ ਕੱਪੜੇ ਪਵਾਏ ਉਹਦੀ ਪਗੜੀ ਬਣਵਾਈ। ਇੱਧਰ ਸੈਨ ਜੀ ਉਹ ਜਦੋਂ ਸੰਤ ਜਨਾਂ ਨੂੰ ਵਿਦਿਆ ਕੀਤਾ ਮਨ ਚ ਆਇਆ ਉਹ ਇੰਨਾ ਟਾਈਮ ਨਿਕਲ ਗਿਆ ਰਾਜੇ ਦੇ ਤੇ ਗਏ ਵੀ। ਹੁਣ ਇੱਥੇ ਥੋੜਾ ਜਿਹਾ ਅਸੀਂ ਰੁਕੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜਿਹੜਾ ਨਾਮ ਭਜਨ ਬੰਦਗੀ ਸਿਮਰਨ ਕਰਦਾ
ਪਰਮੇਸ਼ਵਰ ਲਈ ਕੋਈ ਔਖਾ ਨਹੀਂ ਜੇ ਪਿਆਰਿਓ, ਜਿਹੜਾ ਇੱਕ ਨਿੱਕੇ ਜਿਹੇ ਪਾਣੀ ਦੇ ਕਤਰੇ ਤੋਂ ਏਡਾ ਕੀਮਤੀ ਇਨਸਾਨ ਪੈਦਾ ਕਰ ਸਕਦਾ ਹੈ, ਉਹਦੇ ਵਾਸਤੇ ਆਪਣਾ ਛਿੰਨ ਵਿੱਚ ਰੂਪ ਬਣਾ ਕੇ, ਕਿਸੇ ਦਾ ਰੂਪ ਬਣਾ ਕੇ ਪਾਰ ਉਤਾਰਾ ਕਰਨਾ ਕੋਈ ਔਖੀ ਬਾਤ ਨਹੀਂ। ਬਾਣੀ ਅਨੁਸਾਰ ਆਓ ਦੇਖੀਏ, ਆਪਣੇ ਸੇਵਕ ਕੀ ਆਪੇ ਰੱਖ ਹੈ, ਸਹਿਣ ਰੂਪ ਹਰ ਜਾਇਕ ਹੈ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ। ਹੁਣ ਉਹਦੀ ਕਿਰਤ ਜਿਹੜੀ ਹੈ ਰਾਜੇ ਦੀ ਮਾਲਿਸ਼ ਕਰਨਾ ਹੈ। ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ, ਉੱਠ ਧਾਵੇ ਦੇ ਅਰਥ ਇਹ ਕਰਨੇ ਪੈਣਗੇ, ਸਹਿਣ ਰੂਪ ਹਰ ਜਾਇਕ ਹੈ ਆਇਆ ਰਾਣੇ ਨੂੰ ਰਜਾਈ। ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਤਾ ਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ। ਇਹ ਨਹੀਂ ਵੀ ਕਦੇ ਦਿਨ ਲੱਗਣਗੇ, ਤਤਕਾਲ ਫਟਾਫਟ ਉਸੇ ਵੇਲੇ ਤਤਕਾਲ ਹੋਏ ਆਵੇ, ਉਸੇ ਵੇਲੇ ਪਰਮਾਤਮਾ ਕਰਦਾ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਸਾਹਿਬ ਕਹਿੰਦੇ, ਦੋਵੇਂ ਥਾਂ ਰੱਸੇ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਮਾਰੇ, ਕਾਰਜ ਸਗਲੇ ਹੋਏ ਪੂਰੇ। ਸਾਰੇ ਕਾਰਜ ਸੇਵਕ ਦੇ ਰਾਸ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਕਿ ਚਤੁਰ ਦਿਸ਼ਾ ਕੀਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਬਲ ਤਾਂ ਉਹਦਾ ਚਾਰ ਚੁਫੇਰੇ ਵੇ, ਪਰ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖਦਾ, ਉਹਦੇ ਕਾਰਜ ਰਾਸ ਕਰਦਾ, ਉਹਦੀ ਥਾਂ ਤੇ ਆਪ ਜਾ ਖਲੋਂਦਾ ਹੈ, ਜਿੱਥੇ ਲੋੜ ਪਏ ਆਪਣੇ ਸੇਵਕ ਦੇ ਪਰਦੇ ਢੱਕਦਾ। ਜੇ ਕੋਈ ਕੀਰਤਨ ਸੁਣ ਰਿਹਾ ਕਿ ਮਾਲਕਾ ਉਹਦਾ ਪਰਦਾ ਨਹੀਂ ਢੱਕੇਗਾ, ਆਪਣੇ ਜਨ ਕਾ ਪਰਦਾ ਢੱਕ ਹੈ, ਆਪਣੇ ਸੇਵਕ ਕੀ ਸਰ ਪਰ ਰੱਖ ਹੈ, ਜ਼ਰੂਰ ਰੱਖਦਾ ਜਿਹੜਾ ਉਹਦੀ ਮਾਲਕ ਦੀ ਯਾਦ ਵੀ ਜੁੜਿਆ ਹੈ। ਸਾਹਿਬ ਕਹਿੰਦੇ ਨੇ, ਚਤੁਰ ਦਿਸ਼ਾ ਕੀਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੂੰ ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਾ ਮੇਟੈ, ਦਇਆਲ ਪੁਰਖ ਬਖਸ਼ੰਦ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ।